हेलो एंड वेलकम टू किदा। उम्मीद करते हैं तो सारे घेंट होंगे। स्वागत है तुहाडा सिंह बॉय गेमिंग चैनल ते लै के आ गया तुहाडे लई एक होर नवीं घेंट जी वीडियो। ते अज खेडांगे मुंडियो फार्मिंग सिमुलेटर 19। हाँ जी मुंडियो, अज खेडांगे आपां फार्मिंग सिमुलेटर 19 ते अज दी वीडियो घेंट होण वाली है, क्योंकि मुंडियो अज तुहाडे लई आपां लै के आ गए एक होर नवां घेंट जां ट्रैक्टर ते नवीं अपडेट। ते सारे जणे बस वीडियो शुरू करन तों पहलां जे चैनल ते नवें हो तां चैनल नूं कर लो सबसक्राइब, वीडियो नूं कर दो लाइक शेयर ते भाई कमेंट कर दो कि किदां दी लगी वीडियो। तो अपना खड़ा भी अर्जन कूनर, यदा लिंक बई तुहानू देना आपां 3700 सबसक्राइबर ते लगभग 100 सबसक्राइबर रहिंदा बई, छेती छेती डन कर दिओ। आपां इहदा लिंक तुहानू दे देंगे, वेट वूट पाए हुए आ, सब कुछ घेंट आ। तो कहिंदे मुंडे लास्ट वीडियो जे तुसीं नहीं देखी तां तुहानू आई बटन के उपर तुहानू एक लिंक मिल जूगा, उत्ते क्लिक कर लिओ, क्योंकि आपां उस तों बाद बई फार्मिंग सिमुलेटर 22 दीआं वीडियो पातीआं ना, ਤਾਂ ਕਰਕੇ ਸੀਰੀਜ਼ ਥੋੜ੍ਹੀ ਜੀ ਹੋ ਜਾਂਦੀ ਹੈ ਬ੍ਰੇਕ, ਤਾਂ ਤੁਹਾਨੂੰ ਪੂਰੀ ਸਟੋਰੀ ਪਤਾ ਲੱਗ ਜੂਗੀ। ਅਤੇ ਲਾਸਟ ਵੀਡੀਓ 'ਚ ਬਈ ਆਪਾਂ ਇੱਥੇ ਝੋਨਾ ਵੱਢ ਕੇ ਅਤੇ ਫੋੜ ਵਾਲਾ ਲਾਇਆ ਸੀਗਾ ਬਈ, ਅਤੇ ਇਹਦਾ ਲਿੰਕ ਦਿੱਤਾ ਸੀਗਾ ਬਈ ਫੋੜ ਦਾ, ਅਤੇ ਜੇ ਤੁਸੀਂ ਉਹ ਨਹੀਂ ਡਾਊਨਲੋਡ ਕਰਿਆ ਤਾਂ ਉਹ ਵੀ ਜਾ ਕੇ ਜ਼ਰੂਰ ਡਾਊਨਲੋਡ ਕਰ ਲਿਓ ਅਤੇ ਇੰਜੋਏ ਕਰ ਸਕਦੇ ਹੋ। ਅਤੇ ਦੋ ਹੀ ਗੇੜੇ ਲਾਏ ਸੀ ਬਈ, ਉਸ ਤੋਂ ਬਾਅਦ ਫੋੜ ਕਹਿੰਦੇ ਮੁੰਡੇ ਇੰਜਨ ਹੋ ਗਿਆ ਖਰਾਬ, ਫੋੜ ਦਾ ਥੋੜ੍ਹਾ ਜਿਹਾ ਲੀਕ ਹੋ ਗਿਆ ਅਤੇ ਇਹਨੂੰ ਛੱਡਣਾ ਪੈਣਾ ਆਪਾਂ ਨੂੰ ਇੱਥੇ। ਓਏ ਵੇਟ ਚੱਕਤਾ ਬਈ, ਅਤੇ ਆਪਾਂ ਨੂੰ ਇਹਨੂੰ ਛੱਡਣਾ ਪੈਣਾ ਬਈ ਰੂਟਾਵੇਟਰ ਨੂੰ, ਅਤੇ ਆਪਣਾ ਜਿਹੜਾ ਨਵਾਂ ਟਰੈਕਟਰ ਜਿਹੜੀ ਨਵੀਂ ਅਪਡੇਟ ਹੈ ਨਾ ਉਹ ਵੀ ਤੁਹਾਨੂੰ ਦਿਖਾਉਣੇ ਆ, ਠੀਕ ਆ, ਉਹ ਲੈ ਕੇ ਆਉਣੇ ਆ। ਅਤੇ ਇਹਦੀ ਥੋੜ੍ਹਾ ਜਿਹਾ ਲਿਫਟ ਦੀ ਚੱਕਰ ਪੈ ਗਿਆ ਬਈ, ਤਾਂ ਕਰਕੇ ਇਹਨੂੰ ਬਈ ਆਪਾਂ ਲੈ ਕੇ ਚੱਲਾਂਗੇ ਮਕੈਨਿਕ ਕੋਲੇ। ਅਤੇ ਫਿਲਹਾਲ ਤਾਂ ਇਹਨੂੰ ਛੱਡਦੇ ਹਾਂ ਆਪਾਂ ਇੱਥੇ ਆਪਣੇ ਫਾਰਮ 'ਤੇ, ਅਤੇ ਦਿਖਾਉਣੇ ਆ ਤੁਹਾਨੂੰ ਨਵਾਂ ਟਰੈਕਟਰ ਆਪਣਾ। ਵੈਸੇ ਨਵਾਂ ਤਾਂ ਨਹੀਂ, ਅਤੇ ਥੋੜ੍ਹੀਆਂ ਜਿਹੀਆਂ ਅਪਡੇਟ ਕੀਤੀਆਂ ਫਾਰਮਿੰਗ ਸਿਮੂਲੇਟਰ 19 'ਚ। ਕਹਿੰਦੇ ਥੋੜ੍ਹਾ ਜਿਹਾ ਮੁੰਡੇ ਲੇਟ ਆ ਕੰਮ ਫਾਰਮਿੰਗ ਸਿਮੂਲੇਟਰ 22 ਨਾਲੋਂ, ਤਾਂ ਕਰਕੇ ਆਪਾਂ ਥੋੜ੍ਹਾ ਜਿਹਾ ਲੇਟ ਵੀਡੀਓ ਲੈ ਕੇ ਆਏ ਹਾਂ ਬਈ, ਠੀਕ ਆ। ਅਤੇ ਤੁਹਾਨੂੰ ਪਤਾ ਵੀ ਇੰਨੀਆਂ ਪਾਸੇ ਫਿਰ ਵੀਡੀਓ ਵੂਡੀਓ ਬਣਾਉਣੀ ਐਡਿਟ ਕਰਨੇ ਪੰਗਾ ਪੈ ਜਾਂਦਾ ਬਈ। ਮੁੰਡੇ ਲਾਈਕ ਕਰ ਦਿਓ ਵੀਡੀਓ ਨੂੰ, ਸ਼ੇਅਰ ਕਰ ਦਿਓ ਵੱਧ ਤੋਂ ਵੱਧ, ਅਤੇ ਆਪਣਾ ਇਸ ਵੀਡੀਓ ਦਾ ਲਾਈਕ ਏਮ ਆਪਾਂ 50 ਲਾਈਕ ਰੱਖਦੇ ਹਾਂ ਬਈ। ਉਮੀਦ ਕਰਦੇ ਹਾਂ ਤੁਸੀਂ ਚੁੱਭਰੋ ਕਰਵਾ ਦੋਗੇ। ਅਤੇ ਫੋੜ ਆਪਾਂ ਇੱਥੇ ਲਾ ਤਾ ਬਈ ਇੱਕ ਵਾਰੀ, ਅਤੇ ਮਕੈਨਿਕ ਕੋਲ ਬਾਅਦ 'ਚ ਲੈ ਕੇ ਜਾਵਾਂਗੇ। ਇੱਧਰ ਆਪਣਾ ਖੜਾ ਕਹਿੰਦੇ ਮੁੰਡੇ ਡਾਇਨਾਸੌਰ, ਅਤੇ ਡਾਇਨਾਸੌਰ ਦੀ ਥੋੜ੍ਹੀ ਜਿਹੀ ਡਿਲੇ ਆ ਮੁੰਡਿਓ, ਕਿਉਂਕਿ ਆਪਾਂ ਇਹਦੇ ਟਾਇਰ ਤਾਂ ਪਵਾ ਤੇ ਬਈ, ਬੰਪਰ ਬੁੰਪਰ ਲਾਉਣ ਵਾਲਾ ਪਿਆ, ਅਤੇ ਛੱਤਰੀ ਅਤੇ ਹੁੱਡ ਵੀ ਲਾਉਣ ਵਾਲਾ ਪਿਆ ਬਈ, ਬਾਕੀ ਟਾਇਰ ਇਹਦੇ ਜਹਾਜ਼ਾਂ ਵਾਲੇ ਆਪਾਂ ਪਵਾ ਤੇ ਆ ਸੇਮ, ਪਰ ਹੁਣ ਇਹਨੂੰ ਚੇਂਜ ਕਰਨਾ ਆਪਾਂ ਕਰਾਂਗੇ ਬਈ। ਅਤੇ ਤੁਹਾਨੂੰ ਪਤਾ ਹੀ ਆ ਵੀ ਬਲੌਗ ਆਪਣੇ ਜਿਹੜੇ ਫਾਰਮਿੰਗ ਸਿਮੂਲੇਟਰ 19 ਅਤੇ 22 ਜਾਂ ਥੋੜ੍ਹੇ ਜਿਹੇ ਲੇਟ ਚੱਲ ਰਹੇ ਆ ਮੇਰੇ ਵੀਰੋ, ਅਤੇ ਬਸ ਬਣੇ ਰਹੋ ਚੈਨਲ 'ਤੇ। ਅਤੇ ਹੁਣ ਇਹਦੇ ਨਾਲ ਆਪਾਂ ਰੂਟਾਵੇਟਰ ਮਾਰ ਕੇ ਅਤੇ ਇਹਨੂੰ ਛੱਡ ਕੇ ਆਉਣਾ ਆਪਾਂ ਮਕੈਨਿਕ ਕੋਲੇ, ਠੀਕ ਆ। ਅਤੇ ਉਸ ਤੋਂ ਬਾਅਦ ਇੱਕ ਘੈਂਟ ਜਿਹੀ ਚੀਜ਼ ਹੋਰ ਲੈ ਕੇ ਆਉਣੀ, ਥੰਬਨੇਲ ਤੁਸੀਂ ਦੇਖ ਲਿਆ ਬਈ, ਆਪਾਂ ਇੱਕ ਨਵਾਂ ਟਰੈਕਟਰ ਕਹਿੰਦੇ 744 ਕਹਿੰਦਾ ਹੈਪੀ ਨੇ, ਕਹਿੰਦਾ ਮੁੰਡੇ 744 ਲੈ ਜਾਂਦਾ, ਅਤੇ ਆਪਾਂ ਉਹ ਵੀ ਲੈ ਕੇ ਆ ਰਹੇ ਹਾਂ ਹੁਣ ਫਾਰਮਿੰਗ ਸਿਮੂਲੇਟਰ 22 'ਚ। ਅਤੇ ਉਹਦੀਆਂ ਮੋਡੀਫਿਕੇਸ਼ਨਾਂ ਦਾ ਬਲੌਗ ਕਹਿੰਦੇ ਸ਼ੁਰੂ ਕਰਾਂਗੇ ਆਪਾਂ ਫਾਰਮਿੰਗ ਸਿਮੂਲੇਟਰ 19 'ਚ ਅਤੇ 22 'ਚ। ਮੁੰਡੇ ਬਸ ਬਣੇ ਰਹੋ, ਅਤੇ GTA 5 ਦੀ ਵੀਡੀਓ ਵੀ ਛੇਤੀ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਘੈਂਟ ਜਿਹੀ ਚੀਜ਼। ਬਸ ਬਣੇ ਰਹੋ ਚੈਨਲ 'ਤੇ, ਛੇਤੀ ਛੇਤੀ ਆਪਣੇ 5000 ਸਬਸਕ੍ਰਾਈਬਰ ਡਨ ਕਰ ਦਿਓ ਬਈ, ਅਤੇ ਉਹਦੇ 'ਚ ਤੁਹਾਨੂੰ ਫਿਰ ਇਹਦੇ 'ਚ ਵੀ ਆਪਣੇ ਕੋਲ ਹੈਗੀ ਆ ਬਈ ਆਪਣੀ ਸਿੱਧੂ ਮੂਸੇਵਾਲੇ ਬਾਈ ਦੀ ਹਵੇਲੀ, ਇਹਦੇ 'ਚ ਵੀ ਰੈਡੀ ਆ, ਉਹ ਵੀ ਤੁਹਾਨੂੰ ਦੇ ਦਿਆਂਗੇ ਛੇਤੀ। ਅਤੇ ਆਪਾਂ ਫਿਲਹਾਲ ਇੱਕ ਵਾਰੀ ਆਪਾਂ ਰੂਟਾਵੇਟਰ ਮਾਰਨਾ ਬਈ, ਅਤੇ ਡਾਇਨਾਸੌਰ ਦੀ ਪਾਵਰ ਦੇਖਿਓ ਕਹਿੰਦੇ ਹੁਣ ਬਣਦਾ ਕੀ ਹੈ। ਥੋੜ੍ਹੀ ਜਿਹੀ ਆਵਾਜ਼ ਘਟਾ ਲਈਏ ਬਈ, ਜ਼ਿਆਦਾ ਆਵਾਜ਼ ਅਤੇ ਕਰ ਦਈਏ ਨੀਵਾਂ। ਮੈਂ ਕਹਿੰਦਾ ਇੱਥੋਂ ਹੀ ਛੱਡ ਦਿੰਦਾ, ਕੋਈ ਚੱਕਰ ਨਹੀਂ, ਘਾਟ ਪਾਊਗਾ ਕਹਿੰਦੇ ਮੇਰੇ ਵੀਰੇ। ਓਏ ਹੋਏ ਹੋਏ ਮੇਰੇ, ਘੈਂਟ ਆ ਕੰਮ ਯਾਰ, 10-12 ਦੀ ਸਪੀਡ 'ਤੇ ਆਰਾਮ ਨਾਲ ਹੀ ਖਿੱਚੂਗਾ ਮੈਂ ਕਹਿੰਦਾ। ਅਤੇ ਆਪਾਂ ਉਹਨੇ ਲਾਉਣੇ ਆ ਇਹਦਾ ਗੇੜਾ, ਅਤੇ ਤੁਸੀਂ ਯਾਰ ਲਿਫਟ ਦਾ ਚੱਕਰ ਆ ਬਈ ਇਹਦਾ, ਕੋਈ ਬਈ ਲਿਫਟ ਦਾ ਚੱਕਰ ਆ, ਕਰਾਵਾਂਗੇ ਮੁੰਡੇ ਅੱਜ ਮਕੈਨਿਕ ਕੋਲੇ ਤਾਂ ਲੈ ਕੇ ਜਾਣਾ, ਅਤੇ ਇਹਦਾ ਵੀ ਹੱਲ ਕਰਾ ਦੇਵਾਂਗੇ ਸਾਰਾ ਕੁਛ, ਕਿਉਂਕਿ ਬਈ ਇਹ ਲਿਫਟ ਚੱਕ ਨਹੀਂ ਰਿਹਾ, ਕੀ ਚੱਕਰ ਆ ਬਈ। ਆਪਾਂ ਇੱਦਾਂ ਕਰਦੇ ਹਾਂ, ਰੂਟਾਵੇਟਰ ਵਾਲਾ ਕੰਮ ਲੋਡ ਨਹੀਂ ਆਉਣਾ ਫਿਲਹਾਲ, ਆਪਾਂ ਨਾ ਪਲਾਊ ਮਾਰਦੇ ਹਾਂ ਰੂਟਾਵੇਟਰ। ਉਹ ਛੱਡ ਦੇ ਖੜਾ ਮਮਾ, ਰੂਟਾਵੇਟਰ ਵਾਲਾ ਕੰਮ ਵੀ ਔਖਾ ਹੀ ਆ ਬਾਈ, ਅਤੇ ਡਾਇਨਾਸੌਰ ਵੀ ਕਹਿੰਦੇ ਥੋੜ੍ਹਾ ਜਿਹਾ ਕੰਮ ਟੇਢਾ। ਅਤੇ ਆਪਣੇ ਕੋਲ ਪਏ ਆ ਯਾਰ ਇੱਥੇ ਕਲਟੀਵੇਟਰ ਬਾਈ, ਛੇਤੀ ਛੇਤੀ ਕਲਟੀਵੇਟਰ ਮਾਰ ਕੇ ਉਦੋਂ ਬਾਅਦ ਬਾਈ ਇੱਕ ਗੇੜਾ ਲਾ ਦਾਂਗੇ ਤਵੀਆਂ ਦਾ, ਇੰਨੇ 'ਚ ਆਪਣੀ ਪੈਲੀ ਰੈਡੀ ਹੋ ਜਾਣੀ ਆ, ਫਿਰ ਇੱਥੇ ਬੀਜਣੀ ਆ ਬਾਈ ਆਪਾਂ ਕਣਕ ਜਾਂ ਫਿਰ ਬੀਜ ਦਿਆਂਗੇ ਮੱਕੀ।
ਤੇ ਉਸ ਤੋਂ ਬਾਅਦ ਕਣਕ ਬੀਜ ਦੇਵਾਂਗੇ, ਹੈ ਨਾ, ਮੱਕੀ ਬੀਜ ਕੇ ਫਿਰ ਕਣਕ ਬੀਜ ਦੇਵਾਂਗੇ ਬਾਈ। ਅਤੇ ਕਲਟੀਵੇਟਰ ਆਪਣੇ ਕਿੱਥੇ ਆ ਬਈ? ਕਲਟੀਵੇਟਰ ਦੇਖਣੇ ਪੈਣੇ ਆ ਕਿੱਥੇ ਯਾਰ? ਓਏ ਹੋਏ ਹੋਏ ਬਾਈ, ਕਲਟੀਵੇਟਰ ਆਪਣੇ ਖਰੀਦਣੇ ਪੈਣੇ ਆ ਬਾਈ ਆਪਾਂ ਨੂੰ। ਕਲਟੀਵੇਟਰ ਆਪਣੇ, ਕਲਟੀਵੇਟਰ ਬਾਈ ਕਿੱਥੇ ਆ? ਪਲਾਊ ਪਏ ਆ ਕਲਟੀਵੇਟਰ ਬਾਈ, ਦਿਖਦੇ ਨਹੀਂ? ਅਰੇ ਓਏ ਬਾਈ, ਫਾਰਮਿੰਗ ਸਿਮੂਲੇਟਰ 19 'ਚ ਥੋੜ੍ਹਾ ਜਿਹਾ ਹਿਸਾਬ ਕਿਤਾਬ ਅੱਡਾ, ਤੁਹਾਨੂੰ ਪਤਾ ਹੀ ਆ, ਹੈ ਨਾ, ਤਾਂ ਕਰਕੇ ਥੋੜ੍ਹਾ ਜਿਹਾ ਪੰਗਾ ਪੈ ਜਾਂਦਾ। ਅਤੇ ਲਓ ਵੀ ਮੁੰਡੇ, ਕਲਟੀਵੇਟਰ ਆਪਾਂ ਕਰ ਲਿਆ ਪਰਚੇਜ। ਓ ਵਾਹ ਬਾਈ, ਵਾਹ ਬਾਈ ਵਾਹ, ਸਾਹਮਣੇ ਹੀ ਆ ਗਏ ਕਹਿੰਦੇ। ਅਤੇ ਆਹ ਕੰਮ ਜਿਹਾ ਕਰਕੇ ਉਸ ਤੋਂ ਬਾਅਦ ਇਹਨੂੰ ਮਕੈਨਿਕ ਕੋਲ ਛੱਡ ਕੇ ਇੱਕ ਟਰੈਕਟਰ ਆਪਣਾ ਨਵਾਂ ਲੈ ਕੇ ਆਉਂਦੇ ਹਾਂ, ਠੀਕ ਆ? ਉਹਦੇ ਨਾਲ ਇੱਕ ਦੋ ਦਿਨ ਕਰਦੇ ਹਾਂ, ਥੋੜ੍ਹੀਆਂ ਥੋੜ੍ਹੀਆਂ ਮੋਡੀਫਿਕੇਸ਼ਨਾਂ ਜਿਹੜੀਆਂ ਆਪਾਂ ਘਰੇ ਕਰ ਸਕਦੇ ਹਾਂ ਨਾ, ਉਹ ਕਰਵਾ ਕੇ ਮਾੜਾ ਮੋਟਾ ਕੰਮ ਕੋਲੇ ਵਾਲੀਆਂ ਸ਼ੋਪਾਂ 'ਤੇ ਕਰਵਾ ਕੇ, ਫਿਰ ਉਸ ਤੋਂ ਬਾਅਦ ਡਾਇਨਾਸੋਰ ਦੀਆਂ ਹੱਡ ਹੱਡ ਲਾਉਣੇ ਆ ਮੁੰਡੇ ਅੱਜ ਆਹ ਕਰਕੇ। ਅਤੇ ਲੈ ਚੱਲਾਂਗੇ ਆਪਾਂ ਆਪਣੇ ਸੱਤੇ ਮਿਸਤਰੀ ਕੋਲੇ, ਹੱਡ ਲਵਾ ਕੇ ਸਪੀਕਰ ਲਵਾ ਕੇ ਸਾਰਾ ਕੰਮ ਕਰਵਾ ਦੇਣਾ ਰੈਡੀ। ਅਤੇ ਤੁਸੀਂ ਬਸ ਕਰਨਾ ਕੀ ਹੈ, ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਅਤੇ 3700 ਸਬਸਕ੍ਰਾਈਬਰ ਡਨ ਕਰ ਦਿਓ, ਉੱਥੇ ਮਿਲ ਜੂਗਾ ਬਾਈ ਤੁਹਾਨੂੰ ਆਪਣਾ ਕੂਨਰ ਦਾ ਲਿੰਕ। ਯਾਰ ਇਹਦੀ ਸਪੀਡ ਕਾਹਤੋਂ ਨਹੀਂ ਵੱਧ ਰਹੀ, ਕੀ ਚੱਕਰ ਹੈ ਬਾਈ? ਬਾਈ ਇਹਦੀ ਪਾਵਰ ਦਾ ਪੰਗਾ ਪਿਆ ਕੋਈ ਨਾ ਕੋਈ, ਹੈ ਨਾ। ਚਲੋ ਕਰਦੇ ਹਾਂ ਫਿਰ। ਚਲੋ ਗਾਈ ਯਾਰ, ਕਲਟੀਵੇਟਰ ਵਾਲਾ ਆਪਣਾ ਕੰਮ ਹੋ ਗਿਆ ਕੰਪਲੀਟ, ਅਤੇ ਫਾਈਨਲੀ ਬਾਈ ਡਾਇਨਾਸੌਰ ਦਾ ਹੁਣ ਕੰਮ ਹੋ ਗਿਆ ਆਪਣਾ ਕੰਪਲੀਟ। ਅਤੇ ਇਹਨੂੰ ਕਲਟੀਵੇਟਰ ਛੱਡਦੇ ਹਾਂ ਛੇਤੀ ਛੇਤੀ, ਕਹਿੰਦੇ ਮੇਰੇ ਵੀਰੋ ਚੱਲਦੇ ਹਾਂ ਆਪਾਂ ਮਕੈਨਿਕ ਦੀ ਸ਼ੋਪ 'ਤੇ। ਅਤੇ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਦੇ, ਅਤੇ ਬਸ ਰੋਕ ਕੇ ਇੱਥੇ ਕਲਟੀਵੇਟਰ 'ਤੇ ਆਪਾਂ ਆਪਣਾ ਲੈ ਕੇ ਆਉਂਦੇ ਹਾਂ ਸਵਰਾਜ, ਇੱਕ ਹੋਰ ਨਵਾਂ ਟਰੈਕਟਰ ਜਿਹੜਾ ਕਿ ਤੁਹਾਨੂੰ ਦੱਸਿਆ ਬਾਈ ਕਹਿੰਦੇ ਹੈਪੀ ਦਾ ਬਾਈ, ਇੱਕ ਹੋਰ ਨਵਾਂ ਟਰੈਕਟਰ ਕਹਿੰਦੇ ਮੇਰੇ ਵੀਰੇ ਪਹੁੰਚ ਚੁੱਕਿਆ ਗੇਮ ਦੇ ਵਿੱਚ ਵੀ, ਅਤੇ ਆ ਗਏ ਆਪਾਂ ਉੱਥੇ ਵੀ। ਅਤੇ ਇਹਨੂੰ ਮਕੈਨਿਕ ਕੋਲੇ ਛੱਡ ਕੇ ਆਉਣਾ, ਮਕੈਨਿਕ ਦੀ ਸ਼ੋਪ ਆਪਣੀ ਇੱਥੇ ਨੇੜੇ ਹੀ ਆ ਬਾਈ, ਅਤੇ ਛੇਤੀ ਛੇਤੀ ਚੱਲਦੇ ਹਾਂ। ਕੈਮਰਾ ਥੋੜ੍ਹਾ ਜਿਹਾ ਐਂਗਲ ਕਰ ਲਈਏ ਚੇਂਜ, ਕਿਉਂਕਿ ਬਾਈ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਕੰਮ ਫਿਰ। ਮੈਂ ਕਹਿਣਾ ਵੀ ਮਿੰਟੋ ਮਿੰਟ ਖਿੱਚੀ ਰੱਖਿਓ ਕੰਮ ਹੁਣ ਮੁੰਡਿਓ। ਤੁਸੀਂ ਲਾਈਕ ਨਹੀਂ ਕਰਿਆ ਤਾਂ ਬਾਈ ਲਾਈਕ ਕਰ ਦਿਓ ਛੇਤੀ ਛੇਤੀ, ਅਤੇ ਆਪਾਂ ਇੱਥੋਂ ਇਸ ਰੋਡ 'ਤੇ ਜਾਣਾ ਬਾਈ ਫਿਲਹਾਲ ਤਾਂ। ਓਏ ਹੋਏ ਹੋਏ, ਓਡਾ ਸਾਈਡ ਬ੍ਰੇਕਾਂ ਦੇ ਮੋੜ ਦਾ ਜੋਬਰ ਬਾਈ, ਬਾਹਲਾ ਕੱਬਾ ਸੁਭਾਅ ਚੱਕੀ ਫਿਰਦਾ। ਅਤੇ ਬਾਈ ਸੜਕ ਦੇਖੋ ਯਾਰ, ਸੜਕ ਥੋੜ੍ਹੀ ਜਿਹੀ ਛੋਟੀ ਆ ਤਾਂ ਕਰਕੇ ਪੰਗਾ ਪੈ ਜਾਂਦਾ। ਇਹ ਆਪਣਾ ਕਿੱਧਰ ਗਈ ਮਕੈਨਿਕ ਦੀ ਸ਼ੋਪ? ਬਈ ਆਪਾਂ ਜਾਣਾ ਇੱਥੇ, ਅਤੇ ਇੱਧਰਲੇ ਪਾਸੇ ਮੁੜਨਾ ਇੱਥੋਂ ਯਾਰ ਰਾਹ। ਕਹਿੰਦੇ ਮੇਰੇ ਵੀਰੇ ਉਹ ਨਾਲ ਨਾਲ ਜਾਂਦਾ ਵੈਸੇ ਤਾਂ, ਪਰ ਥੋੜ੍ਹਾ ਜਿਹਾ ਕੰਮ ਤਾਂ ਟੇਢਾ ਹੀ ਆ। ਚਲੋ ਕੋਈ, ਇਹ ਤਾਂ ਬੰਦ ਹੋ ਗਿਆ, ਚਲੋ ਸਿੱਧਾ ਰਾਹ ਹੈਗਾ ਬਈ ਇੱਥੋਂ ਦੀ ਕੱਢ ਦਿੰਦੇ ਹਾਂ ਕੱਚੇ ਰਾਹਾਂ ਵਿੱਚ ਦੀ। ਕਹਿੰਦੇ ਡਾਇਨਾਸੌਰ ਪਾ ਤਾ ਮੇਰੇ ਵੀਰੇ, ਉਹ ਦੱਬਦਾ ਕਿੱਥੇ ਹੈ? ਕਹਿੰਦੇ ਦੱਬਦਾ ਦੁਬਦਾ ਨਹੀਂ, ਸਪੀਡ ਚੈੱਕ ਕਰੋ ਕਿਰਾ ਮਾੜੀ ਜੀ। 10 ਨੰਬਰ ਪੈਲੀ ਦੇ ਵਿੱਚ ਆ ਗਏ, ਅਤੇ ਘਾਹ ਬੀਜਿਆ ਹੋਇਆ ਕਿਸੇ ਚੋਬਰ ਨੇ ਇੱਥੇ, ਅਤੇ ਕਿਸੇ ਦੀ ਫਸਲ ਨਹੀਂ ਖਰਾਬ ਕਰਨੀ ਆਪਾਂ, ਤਾਂ ਕਰਕੇ ਆਪਾਂ ਥੋੜ੍ਹਾ ਜਿਹਾ ਉਹ ਥੋੜ੍ਹੀ ਖੌਲੇ 'ਚ ਸੁੱਟ ਲਿਆ ਬਾਈ। ਉਹ ਨਿਕਲ ਜਾ ਬਾਹਰ ਪ੍ਰਧਾਨ। ਓਏ ਹੋਏ 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 ਬਾਈ, ਕੀ ਬਣੂ ਡਾਇਨਾਸੌਰ ਦਾ? ਮੈਨੂੰ ਲੱਗਦਾ ਕੰਮ ਓਹੋ ਬਾਈ ਖਾਲੇ 'ਚ ਸਿੱਟ ਲਿਆ ਸੀ, ਮੈਂ ਕਹਿੰਦਾ ਟਰੈਕਟਰ ਆਪਾਂ। ਅਤੇ ਓਹੋ ਬਾਈ ਯਾਰ, ਇੱਕ ਤਾਂ ਨਾ ਉਹ ਫਸਲ ਪੱਕ ਵੀ ਬੜੀ ਛੇਤੀ ਜਾਂਦੀ, ਕਹਿੰਦੇ ਮੁੰਡੇ ਸਰੋਂ ਬੀਜ ਰੱਖੀ ਹੈ ਜੋਬਰ ਨੇ ਇੱਥੇ। ਅਤੇ ਲਓ ਵੀ ਮੁੰਡੇ, ਕਹਿੰਦੇ ਫਾਈਨਲੀ ਆਪਾਂ ਪਹੁੰਚ ਗਏ ਮਕੈਨਿਕ ਦੀ ਸ਼ੋਪ 'ਤੇ, ਸ਼ੋਪ 'ਤੇ। ਅਤੇ ਆਹ ਟਰੈਕਟਰ ਦੇਖੋ, ਇੱਕ ਤੁਹਾਨੂੰ ਟਰੈਕਟਰ ਦਿਖਾਉਣਾ ਅੰਦਰ, ਮੈਂ ਕਹਿੰਦਾ ਵੀ ਪਤਾ ਨਹੀਂ ਕਿਹੜੇ ਮਾਡਲ ਦਾ ਟਰੈਕਟਰ ਖੜ੍ਹਾ ਇੱਥੇ। ਅਤੇ ਆਪਾਂ ਜਿਹੜਾ ਡਾਇਨਾਸੌਰ ਆ ਬਾਈ ਇੱਥੇ ਰੋਕਤਾ, ਅਤੇ ਬੰਦ ਵੀ ਕਰਤਾ ਸਾਰਾ ਕੁਛ ਓਕੇ ਆ। ਅਤੇ ਆਹ ਟਰੈਕਟਰ ਦੇਖੋ ਬਾਈ, ਐਂ ਲੱਗਦਾ ਨਾ ਜਿਵੇਂ ਗਿੱਲ ਕਾ ਟਰੈਕਟਰ ਖੜ੍ਹਾ ਹੁੰਦਾ 4511 ਪੁਰਾਣਾ ਐ ਬਾਈ। ਅਤੇ ਲਓ ਵੀ ਚੋਪਰੋ, ਕਹਿੰਦੇ 744, ਕਹਿੰਦੇ ਆਪਾਂ ਵੀ ਲੈ ਲਿਆ। ਕਹਿੰਦੇ ਹੁਣ ਫਾਰਮਿੰਗ ਸਿਮੂਲੇਟਰ 19 ਦੇ ਵਿੱਚ ਕਹਿੰਦੇ ਮੁੰਡੇ ਹੈਪੀ ਦਾ 744 ਆ ਗਿਆ, ਅਤੇ ਇਹਦੇ 'ਤੇ ਆਪਾਂ ਛੇਤੀ ਨੈਕਸਟ ਵੀਡੀਓ 'ਚ ਸਾਰਾ ਕੁਛ ਕੰਮ ਇਕੱਠੇ ਕਰਵਾ ਦਾਂਗੇ ਇੱਕ ਬਲੌਗ ਦੇ ਵਿੱਚ ਹੀ। ਕਹਿੰਦੇ ਮੇਰੇ ਵੀਰੋ ਨੈਕਸਟ ਵੀਡੀਓ 'ਚ ਆਪਾਂ ਸਾਰਾ ਕੰਮ ਕਰਵਾ ਦੇਣਾ। ਅਤੇ ਫਾਰਮਿੰਗ ਸਿਮੂਲੇਟਰ 22 'ਚ ਤਾਂ ਆਪਣਾ ਡਰੈਗਨ ਕਹਿੰਦੇ ਰੈਡੀ ਹੋ ਗਿਆ, ਅਤੇ ਇੱਥੇ ਵੀ ਕਹਿੰਦੇ ਲੈ ਆਉਂਦਾ, ਇੱਥੇ ਵੀ ਲੈ ਆਉਂਦਾ ਬਾਈ। ਅਤੇ ਤੁਸੀਂ ਸਾਰੇ ਜਣੇ ਯਾਰ ਵੀਡੀਓ ਨੂੰ ਲਾਈਕ ਕਰ ਦਿਓ ਬਈ, ਉੱਥੋਂ ਆਪਾਂ ਸਿੱਧਾ ਹੀ ਆਉਣਾ ਸੀ ਬਾਈ ਯਾਰ, ਆਪਣਾ ਵੀ ਕੰਮ ਟੇਢਾ ਹੀ ਹੈ। ਕੋਲੇ ਮਕੈਨਿਕ ਦੀ ਸ਼ੋਪ ਬਾਈ, ਕਿੱਧਰ ਘੁੰਮ ਗਏ ਹਾਂ ਆਪਾਂ? ਵਾਹ ਬਾਈ ਵਾਹ, ਹੈਵੀ ਡਰਾਈਵਰ ਹੈ। ਚਲੋ ਬਾਈ, ਪਤਾ ਨਹੀਂ ਸੀਗਾ ਆਪਾਂ ਨੂੰ, ਅਤੇ ਹੁਣ ਪਤਾ ਲੱਗ ਗਿਆ। ਅਤੇ ਸਿੱਧਾ ਮਕੈਨਿਕ ਦੀ ਸੱਤੇ ਮਿਸਤਰੀ ਦੀ ਸ਼ੋਪ 'ਤੇ ਆਉਣਾ, ਅਤੇ ਕਹਿੰਦੇ ਡਾਇਨਾਸੌਰ ਦੀ ਆਪਾਂ ਹੱਡ ਹੱਡ ਲਵਾ ਕੇ ਕਰਵਾ ਦੇਣਾ ਰੈਡੀ, ਅਤੇ ਇਹਦੇ ਟਾਇਰ ਟੂਰ ਚੇਂਜ ਕਰਵਾ ਦਾਂਗੇ। ਅਤੇ ਇਹਨੂੰ ਲਿਆਂਦਾ ਇੱਕ ਵਾਰੀ ਘਰੇ, ਅਤੇ ਥੋੜ੍ਹਾ ਜਿਹਾ ਕੰਮ ਕੁੰਮ ਘਰੇ ਵੀ, ਨਵਾਂ ਟਰੈਕਟਰ ਲਿਆ ਤਾਂ ਫਿਰ ਘਰੇ ਤਾਂ ਲੈ ਕੇ ਆਉਣਾ ਚੋਬਰੋ, ਤੁਹਾਨੂੰ ਪਤਾ ਹੀ ਆ।
ਕਰਦੇ ਹਾਂ ਫਿਰ ਇਹਦਾ ਵੀ ਹਿੱਲਾ। ਮੈਂ ਕਹਿੰਦਾ ਵੀ ਸਾਰੇ ਕੰਮ ਆਪਾਂ ਨੈਕਸਟ ਵੀਡੀਓ 'ਚ ਜਿੰਨੇ ਹੋ ਸਕਦੇ ਲਗਭਗ ਉਨੇ ਰੈਡੀ ਕਰਵਾ ਦਾਂਗੇ ਯਾਰ, ਹੈ ਨਾ, ਜਿੰਨਾ ਹੋਇਆ ਛੇਤੀ ਲੈ ਕੇ ਆਵਾਂਗੇ ਤੁਹਾਡੇ ਲਈ ਨੈਕਸਟ ਵੀਡੀਓ। ਅਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਭਾਈ ਕਮੈਂਟ ਕਰਕੇ ਜ਼ਰੂਰ ਦੱਸ ਦਿਓ। ਅਤੇ ਕਹਿੰਦੇ ਮੁੰਡੇ ਆ ਗਿਆ ਆਪਣਾ ਚੁੱਬਰ 744 ਵੀ ਆ ਗਿਆ, ਕਹਿੰਦੇ ਇਹਦਾ ਨਾਮਕਰਨ ਹੋ ਗਿਆ ਤੁਹਾਨੂੰ ਪਤਾ ਹੀ ਆ। ਅਤੇ ਜੇ ਤੁਸੀਂ ਨਹੀਂ ਪਤਾ ਬਈ ਦੱਸ ਦਿੰਦੇ ਹਾਂ, ਡਰੈਗਨ ਨਾਮ ਲਿਖਾਉਣਾ ਆਪਾਂ, ਸਾਰਾ ਕੁਝ ਹੌਲੀ ਹੌਲੀ ਚੇਂਜ ਕਰਾ ਦਾਂਗੇ। ਟਾਇਰ ਚੇਂਜ ਕਰਵਾ ਦੇਣੇ ਆ, ਜਿਹੜੇ ਡਾਇਨਾਸੋਰ ਵਾਲੇ ਆ ਉਹ ਇੱਥੇ ਪਵਾ ਦੇਣੇ ਆ, ਠੀਕ ਆ। ਅਤੇ ਚੱਲਦੇ ਹਾਂ ਫਿਰ, ਅੱਜ ਦੀ ਵੀਡੀਓ ਕਰਦੇ ਹਾਂ ਕੰਪਲੀਟ ਇੱਥੇ, ਅਤੇ ਮਿਲਦੇ ਹਾਂ ਫਿਰ ਤੁਹਾਨੂੰ ਨੈਕਸਟ ਵੀਡੀਓ 'ਚ। ਅਤੇ ਵੀਡੀਓ ਨੂੰ ਲਾਈਕ ਨਹੀਂ ਕਰਿਆ ਬਾਈ, ਲਾਈਕ ਕਰ ਦਿਓ। ਜੇ ਚੈਨਲ ਦੇ ਨਵੇਂ ਹੋ ਤਾਂ ਮੁੰਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਅਤੇ ਬੈਲ ਵਾਲਾ ਜਿਹੜਾ ਆਈਕਨ ਆ ਬਈ ਆਲ 'ਤੇ ਸੈੱਟ ਕਰ ਲਓ, ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਾਰਿਆਂ ਨੂੰ ਪਹਿਲਾਂ ਮਿਲ ਜਾਏ। ਠੀਕ ਆ ਮੁੰਡਿਓ, ਮਿਲਦੇ ਹਾਂ ਫਿਰ ਤੁਹਾਨੂੰ ਨੈਕਸਟ ਵੀਡੀਓ 'ਚ।